ਤੁਸੀਂ ਜੁੜੇ ਹੋ ਗੁਰਵਰ ਸਾਹਿਬ ਲਾਈਵ ਨਾਲ ਮੈਂ ਹਾਂ ਸਤਪਾਲ ਸਿੰਘ ਸਿਆਸੀ ਸਰਗਰਮੀਆਂ ਦਿਖਾ ਦਿੰਦੇ ਹਾਂ ਅਕਾਲੀ ਦਲ ਦਿਨੋਂ ਦਿਨ ਬਾਰਡਰ ਪੱਟੀ ਨੂੰ ਕੂਚ ਕਰ ਰਿਹਾ ਹੈ ਬਾਰਡਰ ਪੱਟੀ ਦਾ ਜਿਹੜਾ ਹੈਗਾ ਨੌਜਵਾਨਾਂ ਦਾ ਕਾਫਲਾ ਹੈ ਵੱਡਾ ਕਾਫਲਾ ਨੌਜਵਾਨ ਲੈ ਕੇ ਅੱਜ ਵਰਦੇਵ ਸਿੰਘ ਮਾਨ ਤੇ ਗੁਰਸੇਵ ਸਿੰਘ ਕੈਸ਼ਮਾਨ ਦਾ ਸਵਾਗਤ ਕਰ ਰਹੇ ਆ ਲਾਈਵ ਤਸਵੀਰਾਂ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਦਿਖਾ ਰਿਹਾ ਤੁਹਾਨੂੰ ਕਿਸ ਤਰੀਕੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਨੌਜਵਾਨ ਦੇਖ ਸਕਦੇ ਆ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਨੌਜਵਾਨ ਗੁਰੂ ਸਾਹਿਬ ਲਾਈਵ ਦਾ ਤੁਹਾਨੂੰ ਦਿਖਾ ਰਿਹਾ ਕੈਸ਼ਮਾਨ ਜੀ ਵੱਡੇ ਚੱਕੀ ਆਉਂਦੇ ਹੋ ਕੀ ਗੱਲ ਹੈ ਕੈਸ਼ ਹੋਈ ਪਈ ਆ ਕੈਸ਼ ਨਹੀਂ ਅਕਾਲੀ ਦਲ ਹੋਈ ਪਈ ਹੈ ਅਕਾਲੀ ਦਲ ਹੋਈ ਪਈ ਹੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਕਹਿੰਦੇ ਬਾਰਡਰ ਪੱਟੀ ਦੇ ਲੋਕ ਅੱਜ ਕਾਫਲਾ ਦੂਜਾ ਕੱਢ ਰਹੇ ਆ ਬਾਰਡਰ ਪੱਟੀ ਤੇ ਕੀ ਲੱਗਦਾ ਹੈ ਨੌਜਵਾਨਾਂ 'ਚ ਕੀ ਜੋਸ਼ ਹੈ ਇਲੈਕਸ਼ਨ ਤੋਂ ਪਹਿਲਾਂ 15 ਕਾਫਲੇ ਕੱਢਾਂਗੇ ਨੌਜਵਾਨਾਂ ਦਾ ਜੋਸ਼ ਹੈ ਜਿਹੜਾ ਉਹ ਸਿਰ ਚੜ੍ਹ ਕੇ ਬੋਲਦਾ ਮੈਂ ਇਸ ਗੱਲ ਨੂੰ ਤੁਹਾਨੂੰ ਯਕੀਨ ਦਿਵਾਉਣਾ ਕਿ ਬਾਰਡਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਮੇਸ਼ਾ ਰਿਹਾ ਇਸ ਵਾਰੀ ਵੀ ਰਹੂਗਾ ਪਹਿਲੇ ਨੰਬਰ 'ਤੇ ਬਾਰਡਰ ਤੋਂ ਆਵਾਂਗੇ ਗੱਲਾਂ ਬਹੁਤ ਹੋ ਰਹੀਆਂ ਨੇ ਕਹਿੰਦੇ ਬਾਰਡਰ ਤੋਂ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਹੁੰਗਾਰਾ ਹੈਗਾ ਜੀ ਕੀ ਮੰਨਦੇ ਹੋ ਹਮੇਸ਼ਾ ਬਾਰਡਰ 'ਤੇ ਰਹਿੰਦੇ ਹੋ ਮੈਂ ਬਾਰਡਰ 'ਤੇ ਰਹਿੰਦਾ ਬਾਰਡਰ ਮੇਰਾ ਘਰ ਹੈ ਬਾਰਡਰ ਦਾ ਮੈਂ ਬੱਚਾ ਮੈਂ ਤੁਹਾਨੂੰ ਇੱਕੋ ਗੱਲ ਵਾਰੀ ਦੱਸ ਰਿਹਾ ਵੀ ਬਾਰਡਰ ਦੇ ਉੱਤੋਂ ਪਹਿਲੇ ਨੰਬਰ 'ਤੇ ਆਵਾਂਗੇ ਇਹ ਮੇਰਾ ਦਾਅਵਾ ਨਹੀਂ ਇਹ ਮੈਨੂੰ ਮਾਣ ਹੈ ਇਹ ਮੇਰਾ ਗਰੂਰ ਹੈ ਕਿ ਬਾਰਡਰ ਤੋਂ ਪਹਿਲੇ ਨੰਬਰ 'ਤੇ ਆਵਾਂਗੇ ਮੁਕਾਬਲਾ ਕਿਹਦੇ ਨਾਲ ਬੈਣੀਗਾ ਕਿਸੇ ਨਾਲ ਇਹ ਸਨ ਗੁਰਸੇਵਕ ਸਿੰਘ ਕੈਸ਼ਮਾਨ ਕਾਫਲੇ ਦੇਖ ਲਓ ਕਾਫਲੇ ਦਿਖਾ ਰਹੇ ਹਾਂ ਤੁਹਾਨੂੰ ਕਿੰਨੇ ਵੱਡੇ ਕਾਫਲੇ ਹੈਗੇ ਆ ਕੈਮਰਾ ਪਰਸਨ ਕਹਿੰਦੇ ਆ ਕਾਫਲੇ ਦਿਖਾ ਰਹੇ ਹਾਂ ਕਾਫਲੇ ਤੁਸੀਂ ਦੇਖ ਰਹੇ ਹੋ ਬਾਰਡਰ ਪੱਟੀ ਦੇ ਨੌਜਵਾਨ ਵੱਡੇ ਕਾਫਲੇ ਲੈ ਕੇ ਜਾ ਰਹੇ ਆ ਗੱਲਬਾਤ ਕਰਦੇ ਆ ਕੀ ਮਾਹੌਲ ਆ ਜੀ ਬਾਰਡਰ ਦੇ ਬਾਰਡਰ ਦਾ ਜੀ ਨੋਨੀ ਮਾਨ ਜਿੱਤੇਗਾ ਜੀ ਜਿੱਤੇਗਾ ਨੋਨੀ ਮਾਨ ਹੀ ਆਪਣਾ ਵਰਦੇਵ ਸਿੰਘ ਨੋਨੀ ਮਾਨ ਪੱਕਾ ਹੀ ਆਏਗਾ ਆਪਣੀ ਅਕਾਲੀ ਪਾਰਟੀ ਆਏਗੀ ਹਾਂਜੀ ਜਿੱਤੇਗਾ ਜਿਤਾ ਦੇਵਾਂਗੇ ਖਿੱਚੀ ਖੜੇ ਆ ਕਹਿੰਦੇ ਮੀਟਰ ਖਿੱਚੀ ਖੜੇ ਆ ਤੁਸੀਂ ਦੇਖ ਰਹੇ ਹੋ ਕਾਫਲੇ ਕਿਸ ਰੂਪ ਦੇ ਵਿੱਚ ਨੇ ਕਾਫਲੇ ਵੱਡੇ ਨੇ ਨੋਨੀ ਮਾਨ ਦੇ ਕਾਫਲੇ ਕੈਸ਼ਮਾਨ ਨੋਨੀ ਮਾਨ ਦੇ ਪੂਰੇ ਕਾਫਲੇ ਦੇ ਵਿੱਚ ਜਾ ਰਿਹਾ ਗੁਰੂ ਹਰਿ ਰਾਏ ਲਾਈਵ ਦੇ ਨੋਨੀ ਮਾਨ ਨੋਨੀ ਮਾਨ ਦਿਖਾ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਗੁਰੂ ਹਰਿ ਸਾਹਿਬ ਲਾਈਵ ਦੇ ਜ਼ਰੀਏ ਕਾਫਲਾ ਜਿਹੜਾ ਨੋਨੀ ਮਾਨ ਦਾ ਕਾਫਲਾ ਬਾਰਡਰ ਪੱਟੀ ਦੇ ਨੌਜਵਾਨ ਕਾਫਲਾ ਲੈ ਕੇ ਜਾ ਰਹੇ ਆ ਕੀ ਮਾਹੌਲ ਹੈ ਵੀਰੇ ਕਾਫਲੇ ਬੋਲਦੇ ਨੇ ਹਾਂਜੀ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦੇ ਜ਼ਰੀਏ ਕਿਸ ਤਰੀਕੇ ਨੌਜਵਾਨਾਂ ਦਾ ਕਾਫਲਾ ਬਾਰਡਰ ਪੱਟੀ ਦਾ ਕਾਫਲਾ ਬਾਰਡਰ ਕਾਪੀ ਦਾ ਕਾਫਲਾ ਜਿਹੜਾ ਲੰਬਾ ਕਾਫਲਾ ਕਾਫੀ ਲੰਬਾ ਕਾਫਲਾ ਹੈ ਜਿਹੜਾ ਗੁਰੂ ਸਾਹਿਬ ਲਾਈਵ ਤੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦੇ ਜ਼ਰੀਏ ਦਿਖਾਇਆ ਜਾ ਰਿਹਾ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਗੱਡੀਆਂ ਵੀ ਨੇ ਕਾਫਲਾ ਵੀ ਹੈ ਵਰਦੇਵ ਸਿੰਘ ਮਾਨ ਹੋਰੀ ਪਿੱਛੇ ਨਾਲ ਨੇ ਗੱਲਬਾਤ ਕਰਦੇ ਹਾਂ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਾਫਲਾ ਕਾਫੀ ਲੰਬਾ ਜੀ ਕੀ ਮਾਹੌਲ ਹੈ ਜੀ ਬਹੁਤ ਵਧੀਆ ਬਹੁਤ ਉਤਸ਼ਾਹ ਵਰਕਰਾਂ ਦੇ ਵਿੱਚ ਬੜਾ ਜੋਸ਼ ਹੈ ਔਰ ਤੁਸੀਂ ਵੇਖ ਰਹੇ ਹੋ ਕਿ ਆਹ ਮੁਹਾਰੇ ਲੋਕ ਆ ਜਿਹੜੇ ਅਕਾਲੀ ਦਲ ਦੇ ਨਾਲ ਚੱਲ ਰਹੇ ਜੀ ਕਿਹੜੇ ਕਿਹੜੇ ਪਿੰਡਾਂ ਦਾ ਪ੍ਰੋਗਰਾਮ ਹੈ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਮੇਘਾ ਰਾਏ ਚੱਕ ਮਾਦੀ ਕੇ ਮੇਘਾ ਠਾੜ ਆਤੂ ਵਾਲਾ ਮਾਦੀ ਕੇ ਪਿਪਲੀ ਚੱਕ ਲਾਲਚੀਆਂ ਚੱਕ ਸੈਦੋ ਕੇ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਦਾ ਫਿਰ ਸ਼ਹਿਰ ਦੇ ਪ੍ਰੋਗਰਾਮ ਆ ਤਕਰੀਬਨ 15 ਪ੍ਰੋਗਰਾਮ ਆ ਸਾਡੇ ਕੀ ਲੱਗਦਾ ਬਾਰਡਰ ਤੋਂ ਇਸ ਵਾਰੀ ਬਾਰਡਰ ਤੋਂ ਅਸੀਂ ਵੱਡੀ ਲੀਡ ਨਾਲ ਜਿਹੜਾ ਜਿੱਤ ਕੇ ਆਵਾਂਗੇ ਇਸ ਵਾਰੀ ਅਸੀਂ ਜਿਹੜੀ ਇੱਕ ਨੰਬਰ 'ਤੇ ਆਊਗਾ ਸ਼੍ਰੋਮਣੀ ਅਕਾਲੀ ਦਲ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਮੁਕਾਬਲਾ ਸਾਡਾ ਆਪਦੇ ਆਪ ਨਾਲ ਹੀ ਹੈ ਅਸੀਂ ਲੀਡ ਵਧਾਉਣੀ ਹੈ ਬਾਕੀ ਤਾਂ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੇ ਆ ਸਾਰੇ ਸੀਐਮ ਚੰਨੀ ਨੂੰ ਕੱਲ੍ਹ ਅਨਾਊਂਸ ਕਰ ਦਿੰਦੇ ਰਾਹੁਲ ਜੀ ਕਿਵੇਂ ਦੇਖਦੇ ਹੋ ਵਧੀਆ ਉਹਨਾਂ ਨੇ ਜਿਹੜਾ ਘਟਾਲੇਬਾਜ਼ ਹੈ ਜਿਹਦਾ ਸੈਂਡ ਮਾਫੀਆ ਦੇ ਵਿੱਚ ਨਾਂ ਆਇਆ ਜਿਹਦੇ ਹੁਣ ਈਡੀ ਨੇ ਤਾਜ਼ਾ ਰੇਡ ਕੀਤੀ ਹੈ ਜਿਹਦੇ ਰਿਸ਼ਤੇਦਾਰਾਂ ਦੇ ਪੈਸੇ ਫੜੇ ਗਏ ਹੈ ਉਹਨੂੰ ਭਾਣਜਾ ਉਹਦਾ ਅੰਦਰ ਹੈ ਉਹਨੂੰ ਨਾਮ ਦਿੱਤਾ ਇਸ ਗੱਲ ਦਾ ਵੀ ਉਹ ਚੰਗੇ ਪੈਸੇ ਇਕੱਠੇ ਕਰਕੇ ਜਿਹੜਾ ਹੈਗਾ ਮਾਫੀਆ ਦਾ ਜਿਹੜਾ ਰੇਤ ਮਾਫੀਆ ਦੇ ਵਿੱਚੋਂ ਹਾਈ ਕਮਾਂਡ ਨੂੰ ਭੇਜਦਾ ਉਹਦਾ ਨਾਮ ਉਹਨੂੰ ਮਿਲਿਆ ਉਹਨੂੰ
दूसरे पासे मान साहब दे आईटी विंग वेख रहे जसप्रीत की हाल जी वधिया जी की माहौल है काफी नौजवान है अज बॉर्डर पट्टी दा की देखदे हो माहौल तुसी देख रहे हो बहुत भारी शाह लोकां दे विच साडे यूथ दे वर्कर है जिहड़े आप मारे आए असीं तां स्प्रिंग पिंडां दे प्रोग्राम कढ़न जा रहे सीगे रूटीन च स्वागत लई अगे आए तुसी आप ही देख सकदे तुहाडे टीम दे प्रोग्राम सी ते नौजवान स्वागत लई हां स्वागत लई अगे आए क्योंकि असीं कोई प्लान नहीं कीता सीगा अपने आप ही आए आ वेखो यूथ च किन्ना उत्साह देखो यूथ च किन्ना उत्साह है पिछे गड्डियां दिखा देना वरदेव सिंह मान जिहड़ा हैगा पिंडां दे प्रोग्राम सी इन्हां पिंडां दे विच इन्हां दे प्रोग्राम सी तस्वीरां तुहानूं दिखा रहे हां पिंडां दे प्रोग्राम सी आपदे प्रोग्राम लई जा रहे पर नौजवान जिहड़े हैगे अगे स्वागत लई आए आ गल करदे हां बसपा वाले भी दिखाई दित्ते आ बसपा दे प्रधान भी इत्थे ने हां जी की मंनदे हो जी असी अज का जिहड़ा काफला हैगा जी बहुत वधिया जित प्राप्त जिहड़ी है सरदार वरदेव सिंह मान जी की तह दिलों है लोगों के पूरे जोरां शोरां नाल ही टीम लगी हुई है जिंदे विच असां हर जोन के जिहड़े वर्कर अलग अलग असी वोटर मंगण वास्ते मजबूती करने वास्ते श्रोमणी अकाली दल बहुजन समाज पार्टी दे बिट्टू जी ने बसपा दे रणजीत सिंह बिट्टू ने बसपा दे प्रधान ने बसपा दा ते अकाली दल दा जिहड़ा गठजोड़ है तस्वीरां तुहानूं दिखा रहे हां किस तरीके इधर गड्डियां होर भी ने वरदेव सिंह मान दा पिंडां दे इन्हां पिंडां दा टूर प्रोग्राम सी बार्डर पट्टी दा पर बार्डर पट्टी वाले जिहड़े काफले लै के बार्डर पट्टी वाले नौजवान स्वागत करन लई अगे आए होए सी काफला लै के जा रहे ने देखते रहे हो गुरु हर साहिब लाइव लोगों की आवाज़ लोगों का चैनल लोगों के गुरु हर साहिब लाइव कैमरा परसन गुरमीत के नाल मैं सतपाल सिंह पिंड बाजे के मौजूद हाँ इस टाइम पिंड बाजे के